ਵੈਲਕਮ ਟੂ ਲੱਕੀ ਸਿਲਾਈ ਮਸ਼ੀਨ ਮਾਨਸਾ DX 300 ਲੀਟਰ ਡੋਕਸਲ ਦੀ ਪ੍ਰੈੱਸ ਹੈ ਵਿਦ ਟੈਂਕੀ ਇਹਦੀ ਪਲਾਸਟਿਕ ਵਾਲੀ ਟੈਂਕੀ। ਸਭ ਤੋਂ ਪਹਿਲਾਂ ਇਹਦੇ ਉੱਤੇ ਪਾਇਆ ਹੋਇਆ ਫੁੱਟ ਹੈ, ਤਾਂ ਕੁਛ ਲੋਕ ਇਸਨੂੰ ਕਵਰ ਵੀ ਕਹਿ ਜਾਂਦੇ ਨੇ, ਥਾਲੀ ਵੀ ਕਿਹਾ ਜਾਂਦਾ। ਇਹਦਾ ਇਹ ਫਾਇਦਾ ਹੁੰਦਾ ਵੀ ਇਹਦੇ ਉੱਤੇ ਆਪਾਂ ਚੁੰਨੀ ਵਗੈਰਾ ਕੁਛ ਵੀ ਪ੍ਰੈੱਸ ਕਰ ਸਕਦੇ ਹਾਂ, ਇਸ ਦੇ ਨਾਲ ਕੱਪੜਾ ਸੁੰਗੜਦਾ ਨਹੀਂ ਹੈਗਾ, ਮੱਚਦਾ ਨਹੀਂ ਹੈਗਾ, ਇਹ ਸਪਰਿੰਗ ਲਗਾਉਂਦਾ ਉਹਦੇ ਉੱਪਰ ਚੜ ਜਾਂਦਾ। ਇਸ ਤੋਂ ਬਾਅਦ ਨਿਕਲਦੀ ਹੈ ਟੈਂਕੀ। ਟੈਂਕੀ ਇਹ ਹੈਗੀ ਪਾਣੀ ਵਾਲੀ, ਪਾਣੀ ਜਿੰਨਾ ਮਰਜ਼ੀ ਭਰ ਕੇ ਰੱਖ ਸਕਦੇ ਹਾਂ ਸਟੀਮ ਕਰਨ ਵਾਸਤੇ, ਆਪਾਂ ਨੂੰ ਵਧੀਆ ਚੀਜ਼ ਹੈ। ਇਹਦੇ ਵਿੱਚ ਪਾਏ ਹੁੰਦੇ ਆ ਸਪੇਅਰ ਪਾਰਟ, ਜਿਵੇਂ ਕਿ ਪਾਈਪ ਵਗੈਰਾ, ਜਿਸ ਦੇ ਨਾਲ ਪਾਣੀ ਪ੍ਰੈੱਸ ਨੂੰ ਮਿਲੂਗਾ। ਆਹ ਹੁੰਦੀ ਹੈ ਜੀ ਪਾਈਪ, ਇਹਦੇ ਵਿੱਚ ਸਪਰਿੰਗ ਪਿਆ ਹੁੰਦਾ ਇਹਦੇ ਵਿੱਚ, ਤਾਂ ਜੋ ਥੱਲੋਂ ਪਾਈਪ ਮੁੜੇ ਵਗੈਰਾ ਨਾ। ਆ ਤਾਰ ਹੈ ਜੀ ਹੈਂਗ ਕਰਨ ਵਾਸਤੇ, ਆਪਾਂ ਢੋਲੀ ਦੇ ਵਿੱਚ ਲਾ ਕੇ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਸ ਤਰ੍ਹਾਂ ਹੈਂਗ ਕਰਨਾ। ਇਸ ਤਰ੍ਹਾਂ ਹੈਂਗ ਕਰਕੇ ਰੱਖਿਆ ਜਾਊਗਾ, ਠੀਕ ਹੈ ਜੀ। ਲਓ ਜੀ ਹੁਣ ਆਪਾਂ ਕੱਢ ਦੇਂਗੇ ਇਹਦਾ ਨੀਚੇ ਵਾਲਾ ਸਟੈਂਡ। ਇਹ ਸਟੈਂਡ ਦੇ ਉੱਤੇ ਰਬੜ ਲੱਗੀ ਹੁੰਦੀ ਹੈ, ਇਹ ਪ੍ਰੈੱਸ ਨਹੀਂ ਮੱਚ ਪ੍ਰੈੱਸ ਨਾਲ ਮੱਚਦਾ ਨਹੀਂ ਹੈਗਾ, ਇੰਨੀ ਵਧੀਆ ਰਬੜ ਹੁੰਦੀ ਹੈ ਇਹ, ਅਤੇ ਪ੍ਰੈੱਸ ਵੀ ਇੰਨੀ ਵਧੀਆ ਵੀ ਇਸ ਦੇ ਨਾਲ ਕੋਈ ਦਿੱਕਤ ਨਹੀਂ ਆਉਂਦੀ ਹੈਗੀ, ਨਾ ਕੱਪੜਾ ਮੱਚੇ ਨਾ ਰਬੜ ਮੱਚੇ ਨਾ ਕੁਛ ਹੋਰ, ਕੋਈ ਦਿੱਕਤ ਨਹੀਂ ਆਉਂਦੀ, ਚਾਹੀਦੀ ਕੋਟ 'ਤੇ ਕਰੋ, ਚਾਹੀਦੀ ਚੁੰਨੀ 'ਤੇ ਕਰੋ, ਚਾਹੀਦੀ ਕਿਸੇ ਚੀਜ਼ 'ਤੇ ਵੀ ਕਰੋ। ਇੱਕ ਇਹਦੀ ਤਾਰ ਦੇਖੋ, ਤਾਰ ਬਹੁਤ ਜ਼ਿਆਦਾ ਮੋਟੀ ਹੈ, ਤਾਰ ਮੱਚਦੀ ਨਹੀਂ ਹੈਗੀ। ਪਹਿਲਾਂ ਆਪਣੇ ਪ੍ਰੈੱਸਾਂ ਦੇ ਤਾਰ ਦੀ ਦਿੱਕਤ ਬਹੁਤ ਹੁੰਦੀ ਸੀ, ਤਾਰ ਜਲਦੀ ਮੱਚ ਜਾਂਦੇ ਸੀ, ਉਹਨਾਂ ਦੀ ਤਾਰ ਮੱਚਦੀ ਨਹੀਂ ਹੈਗੀ, ਹੈਵੀ ਵਾਲੀ ਤਾਰ ਹੈ। ਤਾਈਵਾਨ ਦੀ ਬਣੀ ਹੋਈ ਹੈ ਜੀ, ਆਹ ਔਨ ਓਫ ਸਟੀਮ ਕਰਨ ਵਾਸਤੇ ਆ ਗਿਆ, ਔਨ ਓਫ ਵਾਲੀ ਸੁੱਚ ਆ ਗਈ, ਫੁੱਲ ਕਲੀਨ ਪ੍ਰੈੱਸ ਹੈ। ਬਾਕੀ ਆਪਾਂ ਨੂੰ ਪਤਾ ਹੀ ਹੈ ਜੀ, ਤਾਈਵਾਨ ਚੀਜ਼ ਮਾੜੀ ਤਾਂ ਬਣਾਉਂਦਾ ਹੀ ਨਹੀਂ ਹੈਗਾ। ਡੋਕਸਰ ਨਾਮ ਹੈ ਇਸਦਾ, ਮਾਨਸਾ ਲੱਕੀ ਸਿਲਾਈ ਮਸ਼ੀਨ ਤੋਂ ਪਰਚੇਜ ਕਰ ਸਕਦੇ ਹੋ, ਪੁਰਾਣੀਆਂ ਮਸ਼ੀਨਾਂ ਨਵੀਆਂ ਮਸ਼ੀਨਾਂ ਸਭ ਕੁਛ ਮਿਲਦਾ ਸਾਡੇ ਕੋਲ। ਗਊਸ਼ਾਲਾ ਦੀ ਬੈਕ ਸਾਈਡ ਨੇੜੇ ਜੰਮੂ ਕਸ਼ਮੀਰ ਬੈਂਕ। ਕੋਈ ਹੋਰ ਜਾਣਕਾਰੀ ਲਈ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ, ਸਾਡੇ ਯੂਟਿਊਬ ਚੈਨਲ ਵੀ ਹੈ ਲੱਕੀ ਸਿਲਾਈ ਮਸ਼ੀਨ ਮਾਨਸਾ ਦੇ ਨਾਤੇ। ਥੈਂਕ ਯੂ ਵਾਚਿੰਗ ਮਾਈ ਵੀਡੀਓ।